ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀ ਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨੌਰਥ ਅਮਰੀਕਾ ਨਿਊਜ਼ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਅਤੇ ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ। ਅਮਰੀਕਾ ਅਤੇ ਅੱਤਵਾਦੀ ਸੰਗਠਨ ਤਾਲਿਬਾਨ ਵਿੱਚ ਜਾਰੀ ਸ਼ਾਂਤੀ ਸਮਝੌਤੇ ਦੇ ਵਿਚਾਲੇ ਅਫਗਾਨਿਸਤਾਨ ਵਿੱਚ ਤਾਇਨਾਤ ਫੌਜੀਆਂ ਵਿੱਚੋਂ 4,000 ਫੌਜੀਆਂ ਨੂੰ ਅਮਰੀਕਾ ਸਵਦੇਸ਼ ਬੁਲਾ ਸਕਦਾ ਹੈ। NBC ਮੀਡੀਆ ਦੇ ਮੁਤਾਬਕ ਅਮਰੀਕਾ ਦੇ ਇਸ ਫੈਸਲੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਕੁੱਲ 809 ਅਮਰੀਕੀ ਫੌਜੀ ਰਹਿ ਜਾਣਗੇ। ਇਸ ਤੋਂ ਪਹਿਲਾਂ ਬੀਤੇ ਐਤਵਾਰ ਤਾਲਿਬਾਨ ਨੇ ਕਿਹਾ ਸੀ ਕਿ ਉਸਨੇ 3 ਮਹੀਨੇ ਗੱਲਬਾਤ ਬੰਦ ਰਹਿਣ ਤੋਂ ਬਾਅਦ ਅਮਰੀਕਾ ਨਾਲ ਦੋਹਾਂ ਵਿੱਚ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਤਾਲਿਬਾਨ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਦੋਹਾਂ ਵਿੱਚ ਹਿੰਸਾ ਨੂੰ ਰੋਕਣ ਅਤੇ ਹੋਰ ਸ਼ਰਤਾਂ 'ਤੇ ਚਰਚਾ ਕੀਤੀ ਗਈ ਹੈ। ਅਮਰੀਕਾ ਵਿੱਚ ਅਫਗਾਨਿਸਤਾਨ ਦੇ ਵਿਸ਼ੇਸ਼ ਦੂਤ ਜਲਮਿਆ ਖਲੀਜ਼ਾਦ ਨੇ ਹਾਲਾਂਕਿ ਬਗਰਾਮ ਹਵਾਈ ਕੈਂਪ 'ਤੇ ਹਾਲ ਹੀ ਵਿੱਚ ਹੋਏ ਹਮਲੇ ਤੋਂ ਬਾਅਦ ਤਾਲਿਬਾਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਅਮਰੀਕਾ ਵਿੱਚ ਇੱਕ ਸ਼ਖਸ ਨੂੰ ਕਾਨੂੰਨ ਤੋੜਨ ਦੇ ਬਾਅਦ ਇੰਨਾ ਬੁਰਾ ਲੱਗਾ ਕਿ ਉਸਨੇ ਖੁਦ ਹੀ ਗ੍ਰਿਫਤਾਰੀ ਦੇ ਦਿੱਤੀ। ਸ਼ਖਸ ਨੇ ਅਪਰਾਧ ਕਰਨ ਦੇ ਬਾਅਦ ਖੁਦ ਪੁਲਿਸ ਨੂੰ 3 ਵਾਰ ਫੋਨ ਕੀਤਾ ਅਤੇ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ। ਜਾਰਜੀਆ ਵਿੱਚ ਪੁਲਿਸ ਨੇ ਖੁਦ ਇਸ ਘਟਨਾ ਦੀ ਪੁਸ਼ਟੀ ਸਥਾਨਕ ਮੀਡੀਆ ਨੂੰ ਦਿੱਤੀ ਹੈ। ਜਦੋਂ ਥਾਮਸ ਕਾਉਂਟੀ ਸ਼ੈਰਿਫ ਪੁਲਿਸ ਅਧਿਕਾਰੀਆਂ ਕੋਲ ਇੱਕ ਸ਼ਖਸ ਦਾ ਫੋਨ ਆਇਆ। ਸ਼ਖਸ ਨੇ ਫੋਨ 'ਤੇ ਕਿਹਾ ਕਿ ਉਸਨੇ ਕਾਰ ਚੋਰੀ ਕੀਤੀ ਹੈ, ਉਸਨੂੰ ਆ ਕੇ ਗ੍ਰਿਫਤਾਰ ਕਰ ਲਿਆ ਜਾਵੇ। ਪੁਲਿਸ ਟੀਮ ਨੇ ਦੱਸਿਆ ਕਿ ਸਾਡੇ ਕੋਲ ਇੱਕ ਫੋਨ ਆਇਆ ਅਤੇ ਦੂਜੇ ਪਾਸੇ ਮੌਜੂਦ ਸ਼ਖਸ ਨੇ ਦੱਸਿਆ ਕਿ ਉਸਨੇ ਕਾਰ ਚੋਰੀ ਕੀਤੀ ਹੈ। ਉਹ ਬੋਸਟਨ ਤੋਂ ਕਰੀਬ 20 ਕਿਲੋਮੀਟਰ ਦੀ ਦੂਰੀ 'ਤੇ ਹੈ, ਉਸਨੂੰ ਆ ਕੇ ਗ੍ਰਿਫਤਾਰ ਕਰ ਲਿਆ ਜਾਵੇ। ਇਸ ਸੂਚਨਾ ਦੇ ਬਾਅਦ ਬੋਸਟਨ ਪੁਲਿਸ ਨੇ 29 ਸਾਲਾਂ ਦੇ ਕਾਰ ਚੋਰ ਦੇ ਦੋਸ਼ੀ ਰਸ਼ੀਦ ਲੈਂਗਫੋਰਡ ਦੀ ਤਲਾਸ਼ ਕੀਤੀ ਪਰ ਉਹ ਉੱਥੇ ਨਹੀਂ ਮਿਲਿਆ। ਲੈਂਗਫੋਰਡ ਨੇ ਇਸ ਦੇ ਬਾਅਦ ਪੁਲਿਸ ਨੂੰ ਦੁਬਾਰਾ ਫੋਨ ਕੀਤਾ ਅਤੇ ਫਿਰ ਗ੍ਰਿਫਤਾਰ ਕਰਨ ਲਈ ਸੱਦਿਆ, ਭਾਵੇਂ ਕਿ ਤੀਜੀ ਵਾਰ ਉਸਨੇ ਬੀਅਰ ਦੀ ਇੱਕ ਦੁਕਾਨ ਤੋਂ ਪੁਲਿਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਸਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਤੋਂ ਮਗਰੋਂ ਪੁਲਿਸ ਨੇ ਆਖਿਰਕਾਰ ਬੀਅਰ ਦੀ ਦੁਕਾਨ ਤੋਂ ਉਸਨੂੰ ਗ੍ਰਿਫਤਾਰ ਕਰ ਹੀ ਲਿਆ। ਲੈਂਗਫੋਰਡ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸਨੇ ਬੀਅਰ ਦੀ ਦੁਕਾਨ ਵੀ ਤੋੜੀ ਹੈ ਅਤੇ ਉਸ ਵਿੱਚ ਦਾਖਲ ਹੋ ਕੇ ਬੀਅਰ ਵੀ ਚੋਰੀ ਕੀਤੀ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਹਿੰਮਤ ਮਨੁੱਖ ਦੂਜਿਆਂ ਲਈ ਮਿਸਾਲ ਕਾਇਮ ਕਰ ਜਾਂਦੇ ਨੇ। ਉਮਰ ਦੇ ਵੱਧਦੇ ਪੜਾਅ ਵਿੱਚ ਵੀ ਹਿੰਮਤ ਦੀ ਅਜਿਹੀ ਮਿਸਾਲ 84 ਸਾਲਾ ਬਜ਼ੁਰਗ ਨੇ ਪੇਸ਼ ਕੀਤੀ ਹੈ। ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਦੇ ਰਹਿਣ ਵਾਲੇ 84 ਸਾਲ ਦੇ ਰਾਏ ਸਵੇਨਿੰਗਸਨ ਅੰਟਾਰਟਿਕ ਆਈਸ ਮੈਰਾਥਨ ਵਿੱਚ ਹਿੱਸਾ ਲੈਣ ਵਾਲੇ ਸਭ ਤੋਂ ਬਜ਼ੁਰਗ ਦੌੜਾਕ ਬਣ ਗਏ ਨੇ। ਰਾਏ ਨੇ ਮੈਰਾਥਨ ਦੀ ਫਿਨਿਸ਼ ਲਾਈਨ ਪਾਰ ਕਰਕੇ ਇਹ ਉਪਲਬਧੀ ਹਾਸਲ ਕੀਤੀ ਹੈ। ਉਹਨਾਂ ਨੇ ਦੌੜ ਨੂੰ 11 ਘੰਟੇ 41 ਮਿੰਟ ਅਤੇ 58 ਸੈਕਿੰਡ ਵਿੱਚ ਪੂਰਾ ਕੀਤਾ। ਅੰਟਾਰਟਿਕ ਆਈਸ ਮੈਰਾਥਨ ਦੇ ਨਿਰਦੇਸ਼ਕ ਰਿਚਰਡ ਡੋਨੋਵਨ ਨੇ ਰਾਏ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਾਨਦਾਰ ਹੈ, ਆਉਣ ਵਾਲੇ ਐਥਲੀਟਸ ਨੂੰ ਤੁਸੀਂ ਹਮੇਸ਼ਾ ਪ੍ਰੇਰਿਤ ਕਰਦੇ ਰਹੋਗੇ। ਰਾਏ ਨੇ ਸਭ ਤੋਂ ਪਹਿਲਾਂ 1964 ਵਿੱਚ ਕੈਲਗਰੀ ਮੈਰਾਥਨ ਵਿੱਚ ਹਿੱਸਾ ਲਿਆ ਸੀ। ਉਦੋਂ ਤੋਂ ਹੁਣ ਤੱਕ ਉਹ 5 ਮਹਾਂਦੀਪਾਂ ਦੀਆਂ 50 ਤੋਂ ਵੱਧ ਮੈਰਾਥਨ ਵਿੱਚ ਦੌੜ ਚੁੱਕੇ ਨੇ। ਉਹਨਾਂ ਦੀ ਸਭ ਤੋਂ ਤੇਜ਼ ਮੈਰਾਥਨ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਦੀ ਸੀ, ਜੋ ਉਹਨਾਂ ਨੇ 2 ਮਿੰਟ 38 ਸੈਕਿੰਡ ਵਿੱਚ ਪੂਰੀ ਕੀਤੀ ਸੀ। ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਪੰਜਾਬੀ ਦੇ ਪ੍ਰਸਿੱਧ ਪੱਤਰਕਾਰ ਅਤੇ ਕਈ ਅਖ਼ਬਾਰਾਂ ਦੇ ਸੰਪਾਦਕ ਰਹੇ ਸਰਦਾਰ ਸ਼ਿੰਗਾਰਾ ਸਿੰਘ ਭੁੱਲਰ ਦੇ ਸਦੀਵੀ ਵਿਛੋੜੇ 'ਤੇ ਦੁੱਖ ਪ੍ਰਗਟ ਕਰਦਿਆਂ ਸਰੀ ਵਿੱਚ ਇੱਕ ਸ਼ੋਕ ਸਭਾ ਕੀਤੀ, ਜਿਸ ਵਿੱਚ ਸਥਾਨਕ ਅਖ਼ਬਾਰਾਂ ਦੇ ਕਈ ਪ੍ਰਤੀਨਿਧੀ ਅਤੇ ਲੇਖਕ ਸ਼ਾਮਲ ਹੋਏ। ਪੇਸ਼ ਹੈ ਖਾਸ ਰਿਪੋਰਟ। ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਪ੍ਰਸਿੱਧ ਪੱਤਰਕਾਰ ਸਰਦਾਰ ਸ਼ਿੰਗਾਰਾ ਸਿੰਘ ਭੁੱਲਰ ਦੇ ਸਦੀਵੀ ਵਿਛੋੜੇ ਸੰਬੰਧੀ ਸਰੀ ਵਿੱਚ ਇੱਕ ਸ਼ੋਕ ਸਭਾ ਕੀਤੀ ਗਈ। ਇਸ ਮੌਕੇ 'ਤੇ ਬੋਲਦਿਆਂ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਦੇ ਮੁਖੀ ਸਰਦਾਰ ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਨਾਮਵਰ ਪੱਤਰਕਾਰ ਸ਼ਿੰਗਾਰਾ ਸਿੰਘ ਭੁੱਲਰ ਬਹੁਤ ਹੀ ਨਿੱਘੇ ਵਿਅਕਤੀ ਅਤੇ ਉਹਨਾਂ ਦੇ ਗੂੜੇ ਮਿੱਤਰ ਸਨ। ਪੰਜਾਬੀ ਪੱਤਰਕਾਰੀ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਹੈ। ਉਹਨਾਂ ਸਰਦਾਰ ਭੁੱਲਰ ਦੇ ਅਚਾਨਕ ਤੁਰ ਜਾਣ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਵੀ ਕੀਤਾ। ਪੰਜਾਬ ਲਿੰਕ ਦੇ ਸਾਹਿਤਕ ਸੰਪਾਦਕ ਹਰਦਮ ਸਿੰਘ ਮਾਨ ਨੇ ਸਰਦਾਰ ਭੁੱਲਰ ਦੇ ਸਦੀਵੀ ਰੁਖਸਤ ਹੋਣ 'ਤੇ ਦੁੱਖ ਪ੍ਰਗਟ ਕਰਦਿਆਂ ਪੰਜਾਬੀ ਟ੍ਰਿਬਿਊਨ ਸਮੇਂ ਦੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ। ਪੰਜਾਬੀ ਹੈਰੀਟੇਜ ਦੇ ਸੰਪਾਦਕ ਲਖਵੀਰ ਸਿੰਘ ਖੰਗੂੜਾ ਨੇ ਸਰਦਾਰ ਭੁੱਲਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਸਰਦਾਰ ਭੁੱਲਰ ਦੇ ਕਾਲਮ ਅਕਸਰ ਹੀ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਸਨ ਅਤੇ ਉਹਨਾਂ ਦੀ ਉਸਾਰੂ ਸੋਚ ਦਾ ਪ੍ਰਗਟਾਵਾ ਕਰਦੇ ਸਨ। ਚੜ੍ਹਦੀ ਕਲਾ ਟਾਈਮ TV ਦੇ CEO ਸਰਦਾਰ ਹਰਪ੍ਰੀਤ ਸਿੰਘ ਦਰਦੀ ਨੇ ਸਰਦਾਰ ਸ਼ਿੰਗਾਰਾ ਸਿੰਘ ਭੁੱਲਰ ਦੇ ਨਾਲ ਆਪਣੀ ਪਰਿਵਾਰਕ ਸਾਂਝ ਬਾਰੇ ਦੱਸਦਿਆਂ ਕਿਹਾ ਕਿ ਉਹਨਾਂ ਦੇ ਪਿਤਾ ਸਰਦਾਰ ਜਗਜੀਤ ਸਿੰਘ ਦਰਦੀ ਦੇ ਸਮਕਾਲੀ ਸੰਪਾਦਕ ਹੋਣ ਦੇ ਸਦਕਾ ਉਹਨਾਂ ਵਿਚਕਾਰ ਅਕਸਰ ਹੀ ਗੱਲਬਾਤ ਹੁੰਦੀ ਰਹਿੰਦੀ ਸੀ। ਉਹਨਾਂ ਦਾ ਪੰਜਾਬੀ ਪੱਤਰਕਾਰੀ ਦੇ ਪਸਾਰ ਪ੍ਰਚਾਰ ਪ੍ਰਤੀ ਬਹੁਤ ਵੱਡਾ ਰੋਲ ਰਿਹਾ ਹੈ। ਉਹਨਾਂ ਦੇ ਦਿਲ ਵਿੱਚ ਅਤੇ ਲਿਖਤਾਂ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਅਥਾਹ ਪਿਆਰ ਅਤੇ ਸਤਿਕਾਰ ਸੀ। ਉਹਨਾਂ ਅਧਾਰਾ ਚੜ੍ਹਦੀ ਕਲਾ ਵੱਲੋਂ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਤੇ ਪ੍ਰਸਿੱਧ ਪੰਜਾਬੀ ਸ਼ਾਇਰ ਵਿਕਰ ਸਿੰਘ ਖੋਸਾ ਨੇ ਕਿਹਾ ਕਿ ਸਰਦਾਰ ਭੁੱਲਰ ਦੀ ਮੌਤ ਨਾਲ ਪੰਜਾਬੀ ਪੱਤਰਕਾਰੀ ਵਿੱਚ ਇੱਕ ਖਲਾਅ ਪੈਦਾ ਹੋਇਆ ਹੈ। ਉਹਨਾਂ ਦੀ ਪੰਜਾਬੀ ਪੱਤਰਕਾਰੀ ਪ੍ਰਤੀ ਕਾਲਨਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਆਪਣੀ ਸੰਸਥਾ ਵੱਲੋਂ ਸਰਦਾਰ ਭੁੱਲਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਪ੍ਰਸਿੱਧ ਕਥਾਵਾਚਕ ਸਰਦਾਰ ਸੁਰਿੰਦਰ ਸਿੰਘ ਗੌਰੀ ਦੁਬਈ ਵਾਲਿਆਂ ਨੇ ਵੀ ਸਰਦਾਰ ਭੁੱਲਰ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। ਹਰਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਅੱਜ ਅਰਜੈਂਟਲੀ ਇੱਕ
ਅਸ਼ੋਕ ਇਕੱਤਰਤਾ ਅਸੀਂ ਕਰ ਰਹੇ ਹਾਂ। ਮੈਂ ਇਸ ਟਰੱਸਟ ਦੇ ਇੱਕ ਫਾਊਂਡਰ ਦੇ ਤੌਰ 'ਤੇ, ਮੁਖੀ ਦੇ ਤੌਰ 'ਤੇ ਜੈਤੇਜ ਸਿੰਘ ਅਨੰਤ ਹਾਂ। ਅੱਜ ਦੀ ਜਿਹੜੀ ਇਕੱਤਰਤਾ ਹੈ ਸਾਡੇ ਪਰਮ ਮਿੱਤਰ ਔਰ ਸਾਡੇ ਪੰਜਾਬ ਦੇ ਇੱਕ ਨਾਮਵਰ ਪੱਤਰਕਾਰ ਕਾਲਮਨਵੀਸ ਸਰਦਾਰ ਸ਼ਿੰਗਾਰਾ ਸਿੰਘ ਭੁੱਲਰ ਦੇ ਅਚਾਨਕ ਸਦੀਵੀਂ ਵਿਛੋੜੇ, ਉਹਦੇ ਦੁੱਖ ਪ੍ਰਤੀ ਹੋ ਰਹੀ ਹੈ। ਸ਼ਿੰਗਾਰਾ ਸਿੰਘ ਭੁੱਲਰ ਮੇਰੇ ਪਿਛਲੇ 40-45 ਸਾਲਾਂ ਤੋਂ ਨਿੱਘੇ ਦੋਸਤ ਸਨ ਔਰ ਡੈਥ ਤੋਂ ਹੀ ਕੁਛ ਦਿਨ ਪਹਿਲਾਂ ਅਕਸਰ ਮੇਰੀ ਉਹਨਾਂ ਨਾਲ ਦੂਏ ਤੀਏ ਦਿਨ ਗੱਲਬਾਤ ਹੁੰਦੀ ਰਹਿੰਦੀ ਸੀ ਔਰ ਅਜੇ 3 ਹਫ਼ਤੇ ਹੀ ਹੋਏ ਹੋਣੇ ਨੇ ਉਹਨਾਂ ਨੇ ਮੈਨੂੰ ਇੱਕ ਪੁਸਤਕ ਵੀ ਮੈਨੂੰ ਇੱਕ ਭੇਜੀ ਸੀ ਇੱਕ ਤੋਹਫ਼ੇ ਦੇ ਤੌਰ 'ਤੇ। ਸ਼ਿੰਗਾਰ ਸਿੰਘ ਭੁੱਲਰ ਇੱਕ ਅਜਿਹੇ ਵਿਅਕਤੀਤਵ ਦੇ ਮਾਲਕ ਸਨ ਜਿਨ੍ਹਾਂ ਨੇ ਵੱਖ ਵੱਖ ਅਖਬਾਰਾਂ ਦੇ ਵਿੱਚ ਕੰਮ ਕੀਤਾ। ਉਹਨਾਂ ਦੀ ਜਿਹੜੀ ਪਿਛੋਕੜ ਸੀ, ਮੇਰੇ ਨਾਲੋਂ ਉਮਰ 6 ਕੁ ਮਹੀਨੇ ਮੇਥੋਂ ਵੱਡੇ ਸਨ। ਉਹਨਾਂ ਦਾ ਜਿਹੜਾ ਪਿੰਡ ਬਟਾਲੇ ਦੇ ਨਾਲ ਭੁੱਲਰ ਪਿੰਡ ਦੇ ਉਹ ਵਾਸੀ ਸਨ, ਜਿਹੜਾ ਬੀਅਰਿੰਗ ਕਾਲਜ ਸੀ ਬਟਾਲਾ ਉੱਥੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਸੀ। ਫਿਰ ਜਿਹੜੀ MA ਹੈ ਉਹ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਸੀ ਔਰ ਡਾਕਟਰ ਕੋਹਲੀ ਉਹਦੇ ਮੁਖੀ ਸਨ। ਉਸ ਤੋਂ ਮਗਰੋਂ ਉਹਨਾਂ ਨੇ ਜਿਹੜੀ ਪੱਤਰਕਾਰੀ ਦਾ ਜਿਹੜਾ ਸੀ ਨਵੇਂ ਜ਼ਮਾਨੇ ਦੇ ਜਿਹੜੇ ਸੁਰਜਨ ਜ਼ੀਰ ਵੀ ਉਹਨਾਂ ਦੇ ਕੋਲ ਕੁਛ ਸਮਾਂ ਲਾਇਆ ਔਰ ਪੱਤਰਕਾਰੀ ਦੇ ਨਵੇਂ ਗੁਰ ਵਗੈਰਾ ਸਿੱਖੇ। ਉਸ ਤੋਂ ਮਗਰੋਂ ਕਾਫੀ ਸਾਲ ਦਿੱਲੀ ਦੀਆਂ ਕੁਛ ਅਖਬਾਰਾਂ ਜਿਹੜੀਆਂ ਪੰਥਕ ਅਖਬਾਰਾਂ ਸਨ ਉਹਨਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਉਸ ਤੋਂ ਮਗਰੋਂ ਪੰਜਾਬੀ ਟ੍ਰਿਬਿਊਨ 'ਚ ਸਹਿ ਸੰਪਾਦਕ ਦੇ ਤੌਰ 'ਤੇ ਉਹ ਆਏ। ਮੇਰਾ ਉਹਨਾਂ ਨਾਲ ਜਾਣ ਪਹਿਚਾਣ ਚੰਡੀਗੜ੍ਹ ਆਉਣ 'ਤੇ ਹੀ ਸ਼ੁਰੂ ਹੋਈ ਸੀ। ਇਹ ਜਿਹੜੀ ਸੀ ਇਹ ਉਹਨਾਂ ਨੂੰ ਬਰਜਿੰਦਰ ਸਿੰਘ ਜਿਹੜੇ ਸਨ ਐਡੀਟਰ ਉਹਨਾਂ ਨੇ ਉਹਨਾਂ ਨੂੰ ਨਿਯੁਕਤ ਕੀਤਾ ਸੀ। ਇਹ ਫਿਰ ਇਹਨਾਂ ਨੇ ਮੈਨੂੰ 2 ਜਾਂ 3 ਦੇ ਵਿੱਚ ਕੈਨੇਡਾ ਦੇ ਪੰਜਾਬੀ ਟ੍ਰਿਬਿਊਨ ਦਾ ਮੈਨੂੰ ਨੁਮਾਇੰਦਾ ਬਣਾਇਆ। ਮੈਂ ਉਹਨਾਂ ਦੇ ਵਕਤ 2 ਕੁ ਸਾਲ ਪੰਜਾਬੀ ਟ੍ਰਿਬਿਊਨ ਦੇ ਆਪਣੀਆਂ ਸੇਵਾਵਾਂ ਉਹਨਾਂ ਨੂੰ ਸਮਰਪਣ ਕੀਤੀਆਂ ਔਰ ਉਸ ਤੋਂ ਇਲਾਵਾ 2006 ਦੇ ਵਿੱਚ ਉਹਨਾਂ ਨੇ ਪੰਜਾਬੀ ਟ੍ਰਿਬਿਊਨ ਜਿਹੜੀ ਹੈ ਉੱਥੋਂ ਸੇਵਾ ਮੁਕਤ ਹੋਏ ਸਨ ਔਰ 2006 ਤੋਂ ਮਗਰੋਂ ਇੱਕ ਪੇਪਰ ਜਿਹੜਾ ਲੁਧਿਆਣੇ ਤੋਂ ਸ਼ੁਰੂ ਹੋਇਆ ਸੀ ਦੇਸ਼ ਵਿਦੇਸ਼ ਟਾਈਮਸ, ਉਹਦੇ ਵੀ ਉਹ ਪਹਿਲੇ ਫਾਊਂਡਰ ਐਡੀਟਰ ਹੋਏ ਸਨ। ਉਹ ਪੇਪਰ ਵੀ ਕੁਛ ਕਾਰਨਾਂ ਕਰਕੇ ਬਹੁਤੀ ਦੇਰ ਨਹੀਂ ਚੱਲ ਸਕਿਆ, 2-3 ਸਾਲਾਂ ਬਾਅਦ ਤਾਂ ਉਹ ਬੰਦ ਹੋ ਗਿਆ। ਉਸ ਤੋਂ ਮਗਰੋਂ ਜਿਹੜਾ ਪੰਜਾਬੀ ਜਾਗਰਣ ਜਦੋਂ ਪੰਜਾਬ ਵਿੱਚ ਪ੍ਰਵੇਸ਼ ਕੀਤਾ ਉਹਦੇ ਫਾਊਂਡਰ ਐਡੀਟਰ ਜਲੰਧਰ 'ਚ ਹੀ ਸਨ ਔਰ ਇਹ ਹੁਣ ਕੋਈ 3 ਸਾਲ ਪਹਿਲਾਂ ਇਹ ਉੱਥੋਂ ਸੇਵਾ ਮੁਕਤ ਹੋ ਗਏ ਸਨ ਔਰ ਉਹ ਅਕਸਰ ਜਦੋਂ ਵੀ ਮੈਂ ਚੰਡੀਗੜ੍ਹ ਜਾਣਾ ਉਹਨਾਂ ਨਾਲ ਮੇਲ ਜੋਲ ਹੁੰਦਾ। ਉਹ ਇੱਕ ਕਾਲਮ ਨਵੀਸ ਸਨ ਚਲੰਤ ਮਸਲਿਆਂ ਦੇ ਉੱਤੇ, ਸਾਹਿਤ ਕਲਾ ਸੱਭਿਆਚਾਰ ਅਤੇ ਰਾਜਨੀਤੀ ਦੇ ਵੱਖ ਵੱਖ ਪੱਖਾਂ 'ਤੇ ਉਹਨਾਂ ਦੀ ਲਿਖਣ ਦਾ ਸੀ। ਉਹ ਸਭ ਤੋਂ ਵੱਡੀ ਗੱਲ ਸੀ ਉਹ ਨਿੱਘੇ ਸਨ, ਉਹਨਾਂ ਦੇ ਦੋਸਤ ਬਹੁਤ ਸਨ, ਦੁਸ਼ਮਣ ਵਿਰਲਾ ਹੀ ਹੋਏਗਾ। ਉਹ ਪਿਆਰ ਵੰਡਣ ਵਾਲੇ ਸਨ, ਮੁਹੱਬਤ ਦੇ ਉਹ ਸੀ। ਉਹ ਨਵੇਂ ਪੱਤਰਕਾਰਾਂ ਨੂੰ ਹੱਲਾਸ਼ੇਰੀ ਦੇਣੀ, ਉਹਨਾਂ ਨੂੰ ਇਨਕਰੇਜ ਕਰਨਾ ਔਰ ਉਹਨਾਂ ਨੂੰ ਇੱਕ ਗਾਡੀ ਰਾਹ ਪਾਉਣਾ, ਇਹ ਉਹਨਾਂ ਦੇ ਦੈਵੀ ਗੁਣ ਸਨ ਔਰ ਬੜੇ ਹਸਮੁੱਖ ਸੁਭਾਅ ਦੇ ਸਨ, ਬਹੁਤ ਹੀ ਖੁੱਲ ਦਿਲੇ ਸਨ, ਬਹੁਤ ਹੀ ਜ਼ਿੰਦਾ ਦਿਲ ਸਨ। ਜਿੰਨੀ ਵੀ ਉਹਦੀ ਤਾਰੀਫ ਕੀਤੀ ਜਾਏ ਉਹ ਉਨੀ ਹੀ ਉਹ ਥੋੜ੍ਹੀ ਹੈ। ਔਰ ਮੇਰੇ ਨਾਲ ਅਜੇ ਕੋਈ 1.5 ਮਹੀਨਾ ਪਹਿਲਾਂ ਹੀ ਹੈ ਜਦੋਂ ਮੇਰੀਆਂ ਕੁਛ ਕਿਤਾਬਾਂ ਦਾ ਉਹਨਾਂ ਨੂੰ ਪਤਾ ਲੱਗਾ ਕਿ ਮੋਤੀ 5 ਦਰਿਆ ਕਿਤਾਬ ਜਿਹੜੀ ਹੈ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਅਨੰਦ ਸਾਹਿਬ, ਮੈਂ ਉਹ ਕਿਤਾਬ ਭੇਜੀ ਉਹਨੂੰ। ਫਿਰ ਦਾਮਨ ਦੀ ਕਿਤਾਬ ਦਾ ਪਤਾ ਲੱਗਾ, ਉਹ ਉਰਦੂ ਸ਼ਬਦ ਜੋੜ ਜੋੜ ਕੇ
ਪੜ੍ਹ ਲੈਂਦੇ ਸਨ। ਉਹਨਾਂ ਨੇ ਫਿਰ ਜਿਹੜੀ ਦਾਮਨ ਦੀ ਕਿਤਾਬ ਮੇਰੇ ਕੋਲ ਉਰਦੂ ਵਾਲੀ ਮੰਗੀ ਜਿਹੜੀ ਸ਼ਾਹਮੁਖੀ ਸੀ, ਫਿਰ ਮੈਂ ਉਹ ਦਾਮਨ ਦੀ ਜਿਹੜੀ ਕਿਤਾਬ ਸੀ ਉਹ ਉਹਨਾਂ ਨੂੰ ਭਜਵਾਈ। ਫਿਰ ਉਹਨਾਂ ਨੇ ਦੋਨਾਂ ਕਿਤਾਬਾਂ 'ਤੇ ਆਪਣੀਆਂ ਟਿੱਪਣੀਆਂ ਫੇਸਬੁੱਕ 'ਤੇ ਲਿਖੀਆਂ ਔਰ ਮੈਨੂੰ ਚੰਗਾ ਲੱਗਾ ਔਰ ਬਹੁਤ ਅੱਛਾ ਸੀ, ਉਹਨਾਂ ਦਾ ਇਨਕਰੇਜਿੰਗ ਸੀ, ਪੋਜ਼ੀਟਿਵ ਐਟੀਚਿਊਡ ਸੀ। ਉਹ ਇੱਥੇ ਹੀ ਨਹੀਂ, ਮੇਰੀ ਜਿਸ ਤਰ੍ਹਾਂ ਦਾਮਨ ਦੀ ਕਿਤਾਬ ਛਪੀ ਹੈ, ਇਸੇ ਤਰ੍ਹਾਂ ਚੜ੍ਹਦੇ ਪੰਜਾਬ ਦੇ ਅਦੀਬਾਂ ਦੇ ਅਦੀਬ ਵੀ ਮੇਰੇ ਉੱਤੇ ਇੱਕ ਕਿਤਾਬ ਤਿਆਰ ਕਰ ਰਹੇ ਨੇ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਭੁੱਲਰ ਸਾਹਿਬ, ਮੈਂ ਚਾਹੁੰਦਾ ਇੱਕ ਆਰਟੀਕਲ ਆਪਣੀ ਪੁਰਾਣੀ ਮਿੱਤਰਚਾਰੀ ਹੈ, ਤੁਸੀਂ ਮੇਰੇ 'ਤੇ ਲਿਖੋ ਹੈ। ਉਹਨੇ ਫਿਰ ਮੇਰੇ 'ਤੇ ਇੱਕ ਆਰਟੀਕਲ ਜਿਹਦਾ ਸ਼ਾਇਦ ਹੈਡਿੰਗ ਸੀ ਦੋ ਤਿੰਨਾਂ ਪੰਜਾਬਾਂ ਦਾ ਪੁੱਲ, ਉਹਨਾਂ ਇੱਕ ਪੰਜਾਬ ਰਹਿੰਦਾ ਪੰਜਾਬ ਗਿਣਿਆ, ਇੱਕ ਚੜ੍ਹਦਾ ਪੰਜਾਬ ਅਤੇ ਤੀਜਾ ਪੰਜਾਬ ਸੱਤ ਸਮੁੰਦਰ ਪਾਰ ਕੈਨੇਡਾ 'ਚ ਵਸਦਾ, ਕਿ ਜੈਤੇਗ ਸਿੰਘ। ਉਹ ਬੜੀ ਮੁਹੱਬਤ ਦੇ ਨਾਲ ਉਹਨਾਂ ਨੇ ਮੇਰੇ ਉੱਤੇ ਇਹ ਜਿਹੜੀ ਹੈ ਇੱਕ ਆਰਟੀਕਲ ਲਿਖਿਆ। ਉਹ ਆਰਟੀਕਲ ਮੇਰੇ ਕੋਲ ਇੱਥੇ ਆਇਆ, ਇੱਥੇ ਦੇ ਕੁਛ ਪੱਤਰਕਾਰਾਂ ਦੇ ਬਾਰੇ ਗੱਲ ਕੀਤੀ, ਵਿਸ਼ੇਸ਼ ਤੌਰ 'ਤੇ ਜਿਹੜਾ ਪੰਜਾਬ ਟਾਈਮਜ਼ ਜਿਹੜੇ ਚੋਹਲਾ ਸਾਹਿਬ ਕੱਢਦੇ ਨੇ ਉਹਨਾਂ ਦਾ ਜ਼ਿਕਰ ਮੇਰੇ ਨਾਲ ਉਹਨਾਂ ਨੇ ਸਪੈਸ਼ਲੀ ਕੀਤਾ ਔਰ ਇੱਛਾ ਜ਼ਾਹਰ ਕੀਤੀ ਕਿ ਤੁਸੀਂ ਉਹਨਾਂ ਦੇ ਪੇਪਰ 'ਚ ਇਹ ਆਰਟੀਕਲ ਛਪਵਾਓ। ਮੈਂ ਉਹਨੂੰ ਕਿਹਾ ਕਿ ਵੀ ਇਹ ਆਰਟੀਕਲ ਪਹਿਲਾਂ ਪੰਜਾਬ ਦੇ ਕਿਸੇ ਪੇਪਰ 'ਚ ਤੋਂ ਛਪਵਾ, ਬਾਅਦ ਵਿੱਚ ਇੱਥੇ ਛਪਵਾਵਾਂਗੇ। ਇਹ ਸਾਡੀਆਂ ਅਖੀਰੀਆਂ ਸਭ ਤੋਂ ਵੱਡੀ ਗੱਲ ਸੀ ਕਿ ਉਹਨਾਂ ਦੇ ਦੋਹਤੇ ਨੇ, ਜਿਸ ਦਿਨ ਉਹਨਾਂ ਦੀ ਸੰਸਕਾਰ ਹੋਇਆ ਉਸੇ ਦਿਨ ਉਹਨਾਂ ਦੇ ਦੋਹਤੇ ਨੇ ਵਿਨੀਪੈਗ ਜਾਣਾ ਸੀ। ਉਹਦੇ ਸਿਲਸਿਲੇ 'ਚ ਉਹ ਪ੍ਰਬੰਧ ਕਰਨ ਲਈ ਕੰਟੈਕਟਸ ਵਿਨੀਪੈਗ ਦੇ, ਉਹ ਮੇਰੇ ਨਾਲ ਅਕਸਰ ਉਹਨਾਂ 'ਚ ਬੜੀ ਤੀਬਰਤਾ ਸੀ ਕਿ ਬੱਚੇ ਦੇ ਸਿਰ 'ਤੇ ਕੋਈ ਕੈਨੇਡਾ 'ਚ ਮੇਰਾ ਭਾਈ ਦੋਸਤ ਹੋਵੇ। ਮੈਂ ਉਹਨੂੰ ਕਿਹਾ ਚਿੰਤਾ ਨਾ ਕਰ, ਅਸੀਂ ਪੂਰੀ ਤੇਰੇ ਦੋਹਤੇ ਦਾ ਖਿਆਲ ਕਰਾਂਗੇ। ਇਹ ਉਹਨਾਂ ਦੇ ਉਹ ਇਸ ਕਰਕੇ ਮੈਂ ਬੜਿਆਂ ਦੇ ਨਾਲ ਕੰਟੈਕਟਸ ਜੋੜੇ ਸਨ। ਅਤੇ ਜਦੋਂ ਮੈਨੂੰ ਹੁਣ ਮੈਂ ਪਿੱਛੇ ਕੁਛ ਦਿਨਾਂ ਤੋਂ ਜਦੋਂ ਫੋਨ ਕਰਦਾ ਸਾਂ ਅਤੇ ਉਹਨਾਂ ਦਾ ਫੋਨ, ਉਹਨਾਂ ਦਾ ਲੜਕਾ ਮੈਨੂੰ ਕਰਦਾ ਸੀ ਕਿ ਪਾਪਾ ਨੇ ਕਿਹਾ ਕਿ ਤੁਹਾਡੀਆਂ ਮਿਸ ਕਾਲਾਂ ਨੇ ਅਤੇ ਤੁਸੀਂ ਉਹਨਾਂ ਨੂੰ ਫੋਨ ਕਰੋ। ਅਤੇ ਜਦੋਂ ਮੈਨੂੰ ਅਚਾਨਕ ਪਤਾ ਲੱਗਾ, ਚਾਰ ਦਿਨ ਹੋਏ, ਉਸ ਦਿਨ ਮੈਂ ਆਪਣਾ ਬੰਦਾ ਇੱਕ ਇੰਦਰਜੀਤ ਸਿੰਘ, ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਨੇ, ਕਲਾਸ ਵਨ ਅਫਸਰ, ਉਹਨਾਂ ਨੂੰ ਘਰ ਭੇਜਿਆ ਸੀ ਕਿ ਜਾਂ ਹਾਲ ਚਾਲ ਪੁੱਛ ਕੇ ਆ। ਉਹ ਉਹਨਾਂ ਦਾ ਅੰਤਿਮ ਦਿਨ ਸੀ, ਉਹ ਜਦੋਂ ਘਰ ਗਿਆ ਅਤੇ ਉਸ ਵਕਤ ਉਹ ਹਸਪਤਾਲ ਲੈ ਕੇ ਜਾਣ ਲੱਗੇ ਸਨ। ਅਤੇ ਜਦੋਂ ਮੈਨੂੰ ਸਵੇਰੇ ਵਟਸਐਪ 'ਤੇ ਮੈਨੂੰ ਮੈਸੇਜ ਆਏ ਕਿ ਉਹ ਪਰਲੋਕ ਸੁਧਾਰ ਗਏ ਨੇ, ਮੇਰੇ ਲਈ ਬੜਾ ਇੱਕ ਬੜੀ ਦੁਖੀ ਘਟਨਾ ਸੀ ਕਿ ਇੱਕ ਬਹੁਤ ਹੀ ਪਿਆਰਾ ਦੋਸਤ, ਬਹੁਤ ਹੀ ਪਿਆਰਾ ਇਨਸਾਨ, ਜਿਹਨੇ ਪੰਜਾਬ ਦੀ ਪੱਤਰਕਾਰੀ ਦੇ ਵਿੱਚ ਘੱਟੋ ਘੱਟ ਅੱਧੀ ਸਦੀ ਦੇ ਕਰੀਬ 40-45 ਸਾਲ ਕਾਰਜ ਕੀਤਾ ਔਰ ਪੰਜਾਬ ਦੇ ਸ਼੍ਰੋਮਣੀ ਪੱਤਰਕਾਰ ਦਾ ਉਹਨੇ ਅਵਾਰਡ ਵੀ ਲਿਆ ਔਰ ਬਹੁਤ ਹੀ ਪਿਆਰ ਅਤੇ ਮੁਹੱਬਤ ਵੰਡਣ ਵਾਲਾ, ਉਹ ਅੱਜ ਫਾਨੀ ਸੰਸਾਰ ਤੋਂ ਕੂਚ ਕਰ ਗਿਆ। ਅੱਜ ਮੈਂ ਆਪਣੇ ਵੱਲੋਂ, ਆਪਣੀ ਸੰਸਥਾ ਦੇ ਵੱਲੋਂ, ਆਪਣੇ ਇਸ ਸ਼ਿੰਗਾਰਾ ਸਿੰਘ ਭੁੱਲਰ ਦੇ ਇਸ ਬੇਵਕਤ ਚਲਾਣੇ 'ਤੇ ਮੈਂ ਦੁੱਖ ਦਾ ਇਜ਼ਹਾਰ ਕਰਦਾ ਔਰ ਉਹਨਾਂ ਦੇ ਪਰਿਵਾਰ ਦੇ ਅਤੇ ਹੋਰ ਜਿਹੜੇ ਨੇ ਉਹਨਾਂ ਦੇ ਸੰਗੀ ਸਾਥੀਆਂ ਦੇ ਵਿੱਚ ਵੀ ਮੈਂ ਇਸ ਦੁੱਖ ਨੂੰ ਸਾਂਝਾ ਕਰਦਾ। ਅੱਜ ਸਾਡੇ ਇਸ ਇਮੀਡੀਏਟ ਜਿਹੜੇ ਬੁਲਾਏ ਨੇ ਉਹਨਾਂ ਵਿੱਚ ਹੁਣ ਮੈਂ ਹਰਦਮ ਸਿੰਘ ਮਾਨ, ਜਿਹੜੇ ਇੱਥੇ ਪੰਜਾਬੀ ਲਿੰਕ ਦੇ ਸੰਪਾਦਕ ਨੇ, ਉਹਨਾਂ ਦੇ ਸੰਪਾਦਕੀ ਮੰਡਲ ਦੇ ਸਾਥੀ ਨੇ, ਮੈਂ ਉਹਨਾਂ ਨੂੰ ਕਹਾਂਗਾ ਕਿ ਦੋ ਸ਼ਬਦ ਉਹ ਕਹਿਣ। ਉਸ ਤੋਂ ਮਗਰੋਂ ਇੱਥੇ ਪੰਜਾਬੀ ਹੈਰੀਟੇਜ ਦੇ ਸਰਦਾਰ ਲਖਵੀਰ ਸਿੰਘ ਖੰਗੋੜਾ ਆਏ ਨੇ, ਮੈਂ ਉਹਨਾਂ ਨੂੰ ਕਹਾਂਗਾ ਉਸ ਤੋਂ ਮਗਰ ਦੋ ਸ਼ਬਦ ਉਹ ਬੋਲਣ। ਸਰਦਾਰ ਸਿੰਗਾਰਾ ਸਿੰਘ ਭੁੱਲਰ, ਜੋ ਲੰਮਾ ਸਮਾਂ ਪੰਜਾਬੀ ਪੱਤਰਕਾਰੀ ਵਿੱਚ ਉਹਨਾਂ ਦਾ ਨਾਮ ਰਿਹਾ, ਉਹਨਾਂ ਦੀ ਮੌਤ ਦਾ ਪਤਾ ਲੱਗਿਆ ਤਾਂ ਬੇਹੱਦ ਹੀ ਦੁੱਖ ਹੋਇਆ। ਮੈਨੂੰ ਜਾਣੀ ਇਹ ਮਾਣ ਹਾਸਲ ਹੈ ਕਿ ਮੈਂ ਘੱਟੋ ਘੱਟ 20 ਸਾਲ ਉਹਨਾਂ ਦੇ ਨਾਲ ਅਖਬਾਰ ਨਾਲ ਜੁੜਿਆ ਰਿਹਾ। ਮੈਂ ਜੈਤੋ ਤੋਂ ਪੰਜਾਬੀ ਟ੍ਰਿਬਿਊਨ ਦਾ ਪ੍ਰਤੀਨਿਧ ਸੀ ਅਤੇ ਉਸ ਸਮੇਂ ਉਹ ਪਹਿਲਾਂ ਸਹਾਇਕ ਐਡੀਟਰ ਸੀਗੇ ਪੰਜਾਬੀ ਟ੍ਰਿਬਿਊਨ ਵਿੱਚ। ਉਹਨਾਂ ਦਿਨਾਂ ਵਿੱਚ ਤਾਂ ਉਹਨਾਂ ਨਾਲ ਘੱਟ ਜਾਣੀ ਰਾਬਤਾ ਹੁੰਦਾ ਸੀ ਕਿਉਂਕਿ ਸਾਡਾ ਰਾਬਤਾ ਜ਼ਿਆਦਾ ਨਿਊਜ਼ ਡੈਸਕ 'ਤੇ ਹੁੰਦਾ ਸੀ। ਪਰ ਫਿਰ ਜਦੋਂ ਉਹਨਾਂ ਨੇ ਐਡੀਟਰ ਬਣ ਗਏ ਉਹ, ਤਾਂ ਫਿਰ ਉਹਨਾਂ ਨਾਲ ਮੀਟਿੰਗਾਂ, ਪੱਤਰਕਾਰਾਂ ਦੀਆਂ ਮੀਟਿੰਗਾਂ ਵਿੱਚ ਸਾਨੂੰ ਉਹਨਾਂ ਨੇ ਬੁਲਾਉਣਾ
ਜਾਂ ਜਦੋਂ ਵੀ ਪੰਜਾਬੀ ਟ੍ਰਿਬਿਊਨ ਦੇ ਦਫ਼ਤਰ ਵਿੱਚ ਜਾਣਾ ਤਾਂ ਉਹਨਾਂ ਨੂੰ ਮਿਲਣਾ ਬਿਲਕੁਲ ਜ਼ਰੂਰੀ ਹੁੰਦਾ ਸੀ ਅਤੇ ਬਹੁਤ ਸਾਰੀਆਂ ਮੁਲਾਕਾਤਾਂ ਉਹਨਾਂ ਨਾਲ ਹੋਈਆਂ ਅਤੇ ਮੈਂ ਦੇਖਿਆ ਕਿ ਉਹ ਬਹੁਤ ਹੀ ਨਿਮਰ ਇਨਸਾਨ ਸੀ ਅਤੇ ਬਹੁਤ ਹੀ ਸੂਝਵਾਨ ਅਤੇ ਬਹੁਤ ਹੀ ਮੁਲਾਪੜੇ ਸੁਭਾਅ ਦੇ ਸੀ। ਹਰ ਇੱਕ ਨੂੰ ਬਹੁਤ ਉੱਡ ਕੇ ਮਿਲਦੇ ਸੀ, ਕੋਈ ਉਹਨਾਂ 'ਚ ਇਸ ਤਰ੍ਹਾਂ ਦੀ ਉਹ ਨਹੀਂ ਸੀ ਵੀ ਸੰਪਾਦਕ ਦੇ ਤੌਰ 'ਤੇ ਕੋਈ ਕਿਸੇ ਨਵੇਂ ਬੰਦੇ ਨੂੰ ਨਹੀਂ ਮਿਲਣਾ ਜਾਂ ਨਵੇਂ ਪੱਤਰਕਾਰ ਨੂੰ ਨਹੀਂ ਮਿਲਣਾ, ਯਾਨੀ ਬਹੁਤ ਹੀ ਨਿਮਰਤਾ ਸੀ ਉਹਨਾਂ ਦੇ ਸੁਭਾਅ ਵਿੱਚ ਅਤੇ ਸੂਝਵਾਨ ਸੀ। ਉਹਨਾਂ ਨੇ ਬੜੇ ਯਾਨੀ ਕਾਲਮ ਵੀ ਪੰਜਾਬੀ ਟ੍ਰਿਬਿਊਨ ਵਿੱਚ ਸ਼ੁਰੂ ਕੀਤੇ ਅਤੇ ਉਹਨਾਂ ਦੇ ਹੁੰਦਿਆਂ ਜਿੱਥੋਂ ਤੱਕ ਮੈਨੂੰ ਯਾਦ ਹੈ ਪੰਜਾਬੀ ਟ੍ਰਿਬਿਊਨ ਦੀ ਛਪਣ ਗਿਣਤੀ ਵੀ ਕਾਫੀ ਵਧੀ ਸੀ। ਉਹਨਾਂ 'ਚ ਬੜੀ ਯੋਗਤਾ ਸੀ ਕਿਉਂਕਿ ਲੰਮਾ ਉਹਨਾਂ ਦਾ ਬਹੁਤ ਤਜਰਬਾ ਸੀ ਪੰਜਾਬੀ ਪੱਤਰਕਾਰੀ ਵਿੱਚ, ਵੱਖ ਵੱਖ ਅਖਬਾਰਾਂ ਵਿੱਚ। ਬਾਅਦ 'ਚ ਵਿੱਚ ਹੀ ਉਹਨਾਂ ਨੇ ਆਪਣਾ ਜੋ ਉਹਨਾਂ ਦੀ ਯੋਗਤਾ ਸੀ ਪੱਤਰਕਾਰੀ ਬਾਰੇ ਉਹਦਾ ਬਾਕਮਾਲ ਯਾਨੀ ਮੁਜ਼ਾਹਰਾ ਕੀਤਾ। ਸੋ ਇਹ ਪੰਜਾਬੀ ਪੱਤਰਕਾਰੀ ਲਈ ਸੱਚਮੁੱਚ ਹੀ ਬਹੁਤ ਵੱਡੀ ਦੁਰਘਟਨਾ ਹੈ ਅਤੇ ਨਾ ਪੂਰਾ ਹੋਣ ਵਾਲਾ ਘੱਟ ਹੈ। ਮੈਂ ਆਪਣੇ ਵੱਲੋਂ ਅਤੇ ਆਪਣੇ ਅਦਾਰਾ ਪੰਜਾਬ ਲਿੰਕ ਨਿਊਜ਼ਪੇਪਰ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਅਤੇ ਉਸ ਮਹਾਨ ਪੱਤਰਕਾਰ ਨੂੰ ਆਪਣਾ ਸਜਦਾ ਕਰਦਾ। ਹਾਂਜੀ, ਮੈਂ ਸਰਦਾਰ ਸ਼ਿੰਗਾਰਾ ਸਿੰਘ ਭੁੱਲਰ ਜੀ ਹੁਣਾਂ ਦੀ ਬੇਵਕਤ ਮੌਤ 'ਤੇ ਬਹੁਤ ਹੀ ਡੂੰਘੇ ਦੁੱਖ ਦਾ ਇਜ਼ਹਾਰ ਕਰਦਾ। ਮੈਂ ਵੈਨਕੂਵਰ ਤੋਂ ਸ਼ਬਦ ਪੰਜਾਬੀ ਹੈਰੀਟੇਜ ਨਿਊਜ਼ਪੇਪਰ ਵੱਲ ਸਾਰੇ ਗਰੁੱਪ ਵੱਲੋਂ ਮੈਂ ਉਹਨਾਂ ਦੀ ਮੌਤ 'ਤੇ ਬਹੁਤ ਜ਼ਿਆਦਾ ਅਫਸੋਸ ਜਤਾਉਂਦਾ ਅਤੇ ਮੈਂ ਭਾਵੇਂ ਉਹਨਾਂ ਨੂੰ ਮਿਲਿਆ ਤਾਂ ਨਹੀਂ ਪਰ ਉਹਨਾਂ ਦੀਆਂ ਲਿਖਤਾਂ ਵਿੱਚ ਉਹਨਾਂ ਪੜ੍ਹਿਆ ਜ਼ਰੂਰ ਹੈ ਔਰ ਉਹਨਾਂ ਦਾ ਜੋ ਲਿਖਤਾਂ ਲਿਖੀਆਂ ਨੇ ਉਹ ਬਹੁਤ ਹੀ ਸਲਾਹੁਣਯੋਗ ਔਰ ਉੱਦਮੀ ਹਨ ਅਤੇ ਜਿਨ੍ਹਾਂ ਤੋਂ ਮੈਂ ਹਮੇਸ਼ਾ ਪੜ੍ਹਦਾ ਰਹਿੰਦਾ ਸੀ ਅਤੇ ਅੱਜ ਉਹ ਸਾਡੇ ਵਿੱਚ ਨਹੀਂ। ਮੈਨੂੰ ਬਹੁਤ ਜ਼ਿਆਦਾ ਅਫਸੋਸ ਹੈ। ਮੈਂ ਅਦਾਰਾ ਪੰਜਾਬੀ ਹੈਰੀਟੇਜ ਵੱਲੋਂ ਉਹਨਾਂ ਦੇ ਬਹੁਤ ਜ਼ਿਆਦਾ ਦੁੱਖ ਦਾ ਇਜ਼ਹਾਰ ਕਰਦੇ। ਅਦਾਰਾ ਚੜ੍ਹਦੀ ਕਲਾ ਨੌਰਥ ਅਮਰੀਕਾ ਵੱਲੋਂ ਮੈਂ ਹਰਪ੍ਰੀਤ ਸਿੰਘ ਦਰਦੀ। ਅੱਜ ਅਸੀਂ ਵੈਨਕੂਵਰ ਸਰੀ ਦੀ ਧਰਤੀ ਉੱਤੇ ਸਰਦਾਰ ਜੈਤੇਗ ਸਿੰਘ ਅਨੰਤ ਹੋਰਾਂ ਦੇ ਉਦਮਾਂ ਸਦਕਾ ਇਹਨਾਂ ਨੇ ਇਹ ਸ਼ੋਕ ਸਭਾ ਅੱਜ ਇੱਥੇ ਇਕੱਤਰ ਕੀਤੀ ਹੈ ਅਤੇ ਸਮੁੱਚਾ ਪੱਤਰਕਾਰ ਭਾਈਚਾਰਾ ਇਹਨਾਂ ਦੇ ਗ੍ਰਹਿ ਵਿਖੇ ਪਹੁੰਚਿਆ ਅਤੇ ਸਰਦਾਰ ਸ਼ਿੰਗਾਰਾ ਸਿੰਘ ਭੁੱਲਰ ਸਾਬਕਾ ਐਡੀਟਰ ਟ੍ਰਿਬਿਊਨ ਪੰਜਾਬੀ ਟ੍ਰਿਬਿਊਨ ਅਤੇ ਪੰਜਾਬੀ ਜਾਗਰਣ ਇੱਕ ਪੰਜਾਬੀ ਪੱਤਰਕਾਰੀ ਦੇ ਬਾਬਾ ਬੋਹੜ ਵਜੋਂ ਵੀ ਉਹਨਾਂ ਨੇ ਆਪਣਾ ਨਾਮਣਾ ਖੱਟਿਆ ਅਤੇ ਮੇਰੇ ਪਿਤਾ ਸਰਦਾਰ ਜਗਜੀਤ ਸਿੰਘ ਦਰਦੀ ਹੋਰਾਂ ਦੇ ਸਮਕਾਲੀ ਨਾਲ ਐਡੀਟਰ ਬਤੌਰ ਕੰਮ ਕੀਤਾ ਜਿੱਥੇ ਸਰਦਾਰ ਜਗਜੀਤ ਸਿੰਘ ਦਰਦੀ ਮੁੱਖ ਸੰਪਾਦਕ ਚੜ੍ਹਦੀ ਕਲਾ ਵਜੋਂ ਕੰਮ ਕੀਤਾ। ਉੱਧਰ ਦੂਸਰੇ ਪਾਸੇ ਉਹਨਾਂ ਨੇ ਪੰਜਾਬੀ ਪੱਤਰਕਾਰੀ ਦੇ ਵਿੱਚ ਪੰਜਾਬੀ ਟ੍ਰਿਬਿਊਨ ਦੇ ਵਿੱਚ ਭੁੱਲਰ ਸਾਹਿਬ ਸੇਵਾਵਾਂ ਨਿਭਾ ਰਹੇ ਸਨ ਪਰ ਦੋਨਾਂ ਦੀ ਦੋਸਤੀ ਜੋ ਹੈ ਮੈਨੂੰ ਦੇਖਣ ਨੂੰ ਮਿਲੀ ਜਿੱਥੇ ਕਿੱਥੇ ਵੀ ਮੁਲਾਕਾਤ ਹੁੰਦੀ ਸੀ ਬੜੇ ਹੀ ਪਿਆਰ ਨਾਲ ਅਤੇ ਸਤਿਕਾਰ ਨਾਲ ਇੱਕ ਦੂਜੇ ਨੂੰ ਮਿਲਦੇ ਸਨ ਅਤੇ ਮੈਨੂੰ ਵੀ ਉਹਨਾਂ ਦਾ ਦੋ ਤਿੰਨ ਵਾਰ ਮੁਲਾਕਾਤਾਂ 'ਚ ਪਿਆਰ ਮਿਲਿਆ ਉਹਨਾਂ ਦੀ ਸੇਧ ਵੀ ਮਿਲੀ ਅਤੇ ਉਹਨਾਂ ਦੇ ਅਕਾਲ ਚਲਾਣੇ 'ਤੇ ਸਮੁੱਚਾ ਪੱਤਰਕਾਰ ਭਾਈਚਾਰਾ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਹੈ ਸ਼ੋਕਗ੍ਰਸਤ ਹੈ ਅਤੇ ਖਾਸ ਕਰ ਅਦਾਰਾ ਚੜ੍ਹਦੀ ਕਲਾ ਵੱਲੋਂ ਜਿੱਥੇ ਅਸੀਂ ਅੱਜ ਸ਼ੋਕ ਸਭਾ ਦੀ ਕਵਰੇਜ ਵੀ ਕਰ ਰਹੇ ਹਾਂ ਦਿਲੋਂ ਅਸੀਂ ਉਹਨਾਂ ਦੇ ਪਰਿਵਾਰ ਨਾਲ ਵੀ ਇਸ ਸ਼ੋਕ ਦੇ ਮੌਕੇ ਨਾਲ ਖੜ੍ਹੇ ਹਾਂ ਅਤੇ ਨਾਲ ਹੀ ਅਰਦਾਸ ਕਰਦੇ ਹਾਂ ਸਤਿਗੁਰ ਆਪਣੇ ਚਰਨਾਂ 'ਚ ਉਹਨਾਂ ਨੂੰ ਨਿਵਾਸ ਬਖਸ਼ਣ ਅਤੇ ਅੱਜ ਇਸ ਸ਼ੋਕ ਸਭਾ ਦੇ ਵਿੱਚ ਜਿਤਨੇ ਵੀ ਪਤਵੰਤ ਅਤੇ ਸੱਜਣ ਆਏ ਹਨ ਸਭ ਦਾ ਧੰਨਵਾਦ ਵੀ ਕਰਦੇ ਹਾਂ। ਮੈਂ ਜੈਤੇਗ ਸਿੰਘ ਜੀ ਅਨੰਤ ਨੂੰ ਇੱਕ ਵਾਰ ਫਿਰ ਤੋਂ ਇੱਥੇ ਕੇਂਦਰੀ ਲਿਖਾਰੀ ਸਭਾ ਉੱਤਰੀ ਅਮਰੀਕਾ ਦੇ ਨਵੇਂ ਬਣੇ ਪ੍ਰਧਾਨ ਸਰਦਾਰ ਬਿਕਰ ਸਿੰਘ ਖੋਸਾ ਨਾਮਵਰ ਸਾਹਿਤਕਾਰ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਆਪਣੀ ਸੰਸਥਾ ਵੱਲੋਂ ਦੋ ਸ਼ਬਦ ਜ਼ਰੂਰ ਕਹਿਣ। ਉਸ ਤੋਂ ਮਗਰੋਂ ਅਸੀਂ ਇੱਕ ਮਿੰਟ ਦੋ ਮਿੰਟ ਖੜ੍ਹੇ ਹੋ ਕੇ ਉਹਨਾਂ ਨੂੰ ਮੌਨ ਸ਼ਰਧਾਂਜਲੀ ਦੇਣ ਦਾ ਯਤਨ ਕਰਾਂਗੇ। ਖੋਸਾ ਸਾਹਿਬ, ਬੜਾ ਹੀ ਦੁੱਖ ਹੋਇਆ ਜਦੋਂ ਇਹ ਪਤਾ ਲੱਗਾ ਕਿ ਸਾਡੇ ਪੰਜਾਬੀ ਟ੍ਰਿਬਿਊਨ ਦੇ ਰਹੇ ਐਡੀਟਰ ਵਧੀਆ ਕਾਲਮਨਵੀਸ ਅਤੇ ਇਹਨਾਂ ਦੀ ਯਾਰੀ ਦੋਸਤੀ ਦੇ ਦੱਸਣ ਮੁਤਾਬਕ ਵਧੀਆ ਮਿਲਾਪੜੇ ਇਨਸਾਨ ਵਧੀਆ ਦੋਸਤ ਸਾਡੇ ਵਿੱਚ ਨਹੀਂ ਰਹੇ। ਉਹਨਾਂ ਦੇ
ਯਾਦ ਵਿੱਚ ਰੱਖੇ ਸ਼ੋਕ ਸਮਾਗਮ ਵਿੱਚ ਜੈਤੇਗ ਸਿੰਘ ਅਨੰਤ ਵੱਲੋਂ ਮੈਨੂੰ ਸੱਦਿਆ ਗਿਆ। ਮੈਂ ਕੇਂਦਰੀ ਪੰਜਾਬੀ ਲੇਖ ਸਭਾ ਦੇ ਪ੍ਰਧਾਨ ਵਜੋਂ ਇਸ ਸਮਾਗਮ ਵਿੱਚ ਮੈਂ ਸ਼ਹੀਦ ਸਿੰਗਾਰਾ ਸਿੰਘ ਭੁੱਲਰ ਦੀ ਨੂੰ ਯਾਦ ਕਰਦਾ ਹੋਇਆ ਅਤੇ ਇਸ ਸ਼ਰਧਾਂਜਲੀ ਸਮਾਰੋਹ ਵਿੱਚ ਸ਼ਾਮਿਲ ਹੋਇਆ ਹਾਂ। ਅਤੇ ਅੱਜ ਜੇ ਉਹ ਸਾਡੇ ਵਿੱਚ ਨਹੀਂ ਤਾਂ ਪੰਜਾਬੀ ਪੱਤਰਕਾਰੀ ਵਿੱਚ ਜਦੋਂ ਕੋਈ ਵਧੀਆ ਬੰਦਾ ਕਿਸੇ ਵੀ ਥਾਂ 'ਤੇ ਬੈਠਾ ਚੜ੍ਹਾਈ ਕਰ ਜਾਂਦਾ ਤਾਂ ਇੱਕ ਖਲਾਅ ਪੈਦਾ ਹੋ ਜਾਂਦਾ। ਤੋ ਇੱਕ ਪੱਤਰਕਾਰੀ ਦੇ ਵਿੱਚ ਜੋ ਇੱਕ ਖਲਾਅ ਪੈਦਾ ਹੋਇਆ ਨਾ, ਉਹ ਇਸ ਵਧੀਆ ਇਨਸਾਨ ਦੇ ਤੁਰ ਜਾਣ ਤੋਂ ਮਗਰੋਂ ਉਹ ਛੇਤੀ ਪੂਰਿਆ ਜਾਣ ਵਾਲਾ ਨਹੀਂ ਆ। ਤੋ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਸ਼ਰਧਾਂਜਲੀ ਭੇਟ ਕਰਦੇ ਹਾਂ। ਚੜ੍ਹਦੀ ਕਲਾ ਟਾਈਮ ਟੀਵੀ ਲਈ ਸਰੀ ਤੋਂ ਹਰਦਮ ਮਾਨ ਦੀ ਰਿਪੋਰਟ। ਨਿਊ ਵੈਸਟਮਿਨਿਸਟਰ ਵਿਖੇ ਟ੍ਰਾਂਸਲਿੰਕ ਮੇਅਰਜ਼ ਕੌਂਸਲ ਦੀ ਮੀਟਿੰਗ ਵਿੱਚ ਸਰੀ ਦੇ ਮੇਅਰ ਡਗ ਮੈਕਲਮ ਨੇ ਇੱਕ ਵਾਰ ਫਿਰ ਰਾਈਡ ਹੇਲਿੰਗ ਵਿਰੁੱਧ ਆਪਣੇ ਸਟੈਂਡ 'ਤੇ ਪਹਿਰਾ ਦਿੰਦਿਆਂ ਸਪਸ਼ਟ ਕੀਤਾ ਹੈ ਕਿ ਇਸ ਸਟੈਂਡ ਵਿਰੁੱਧ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰੀ ਦੇ ਬਹੁ ਗਿਣਤੀ ਲੋਕ ਰਾਈਡ ਹੇਲਿੰਗ ਦੇ ਹੱਕ ਵਿੱਚ ਨਹੀਂ ਹਨ। ਇਸ ਮੀਟਿੰਗ ਵਿੱਚ ਟ੍ਰਾਂਸਲਿੰਕ ਮੇਅਰਜ਼ ਕੌਂਸਲ ਦੇ ਹੋਰ ਸਾਰੇ ਮੈਂਬਰਾਂ ਨੇ ਖੇਤਰ ਵਿੱਚ ਰਾਈਡ ਹੇਲਿੰਗ ਕੰਪਨੀਆਂ ਨੂੰ ਬਿਜ਼ਨਸ ਲਾਇਸੈਂਸ ਦੇਣ ਪ੍ਰਤੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਵੋਟ ਦਿੱਤੀ ਅਤੇ ਕਿਹਾ ਕਿ ਜਨਵਰੀ 2020 ਦੇ ਅੰਤ ਤੱਕ ਅੰਤਰਿਮ ਨਿਯਮ ਵੀ ਸੈੱਟ ਕੀਤੇ ਜਾਣ। ਡਗ ਮੈਕਲਮ ਇਕੱਲੇ ਮੈਂਬਰ ਸਨ ਜਿਨ੍ਹਾਂ ਇਸ ਦੇ ਵਿਰੋਧ ਵਿੱਚ ਆਪਣੀ ਵੋਟ ਪਾਈ। ਡਗ ਮੈਕਲਮ ਨੇ ਕਿਹਾ ਕਿ ਨਵੇਂ ਨਿਯਮ ਰਾਈਡ ਹੇਲਿੰਗ ਵਾਲੀਆਂ ਕੰਪਨੀਆਂ ਨੂੰ ਹੱਦਾਂ ਪਾਰ ਕਰਨ ਦੀ ਆਗਿਆ ਦੇਣਗੇ, ਜਦੋਂ ਕਿ ਟੈਕਸੀ ਉਦਯੋਗ ਨੂੰ ਹੱਦਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨੇ ਵੀ ਕਿਹਾ ਕਿ ਮੈਂ ਰਾਈਡ ਹੇਲਿੰਗ ਕੰਪਨੀਆਂ ਲਈ ਅਸੀਮਤ ਫਲੀਟ ਆਕਾਰ ਨੂੰ ਮਨਜ਼ੂਰੀ ਦੇਣ ਦੇ ਹੱਕ ਵਿੱਚ ਨਹੀਂ। ਨਿਯਮਾਂ ਦੀ ਘਾਟ ਦੇ ਕਾਰਨ ਮਾਹੌਲ ਉੱਪਰ ਨਕਾਰਾਤਮਕ ਪ੍ਰਭਾਵ ਪਵੇਗਾ ਅਤੇ ਸੜਕਾਂ 'ਤੇ ਵੀ ਭੀੜ ਵਧੇਗੀ। ਇਸ ਦੇ ਨਾਲ ਮੌਜੂਦਾ ਟੈਕਸੀ ਉਦਯੋਗ 'ਤੇ ਵੀ ਮਾੜਾ ਪ੍ਰਭਾਵ ਪਵੇਗਾ, ਜੋ ਪਿਛਲੇ ਕਈ ਦਹਾਕਿਆਂ ਤੋਂ ਮੈਟਰੋ ਵੈਨਕੂਵਰ ਦੇ ਵਸਨੀਕਾਂ ਦੀ ਵਫ਼ਾਦਾਰੀ ਨਾਲ ਸੇਵਾ ਕਰਦਾ ਆ ਰਿਹਾ ਹੈ। ਮੈਕਲਮ ਨੇ ਕਿਹਾ ਕਿ ਉਸਨੇ ਪ੍ਰੀਮੀਅਰ ਜੌਨ ਹਾਰਗਨ ਨੂੰ ਇੱਕ ਪੱਤਰ ਲਿਖ ਕੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਇਹ ਵੀ ਕਿਹਾ ਹੈ ਕਿ ਉਹ ਟੈਕਸੀ ਉਦਯੋਗ ਦੇ ਲਈ ਵਕਾਲਤ ਕਰਨਾ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ BC ਸਰਕਾਰ ਵੀ ਐਲਾਨ ਕਰ ਚੁੱਕੀ ਹੈ ਕਿ ਕ੍ਰਿਸਮਸ ਤੱਕ ਰਾਈਡ ਹੇਲਿੰਗ ਸੜਕਾਂ 'ਤੇ ਆ ਜਾਵੇਗੀ। ਜੈਤੋ ਵੈਲਫੇਅਰ ਮੰਚ ਵੈਨਕੂਵਰ ਦੀ ਮੀਟਿੰਗ ਲੈਂਗਲੀ ਵਿਖੇ ਹੋਈ, ਜਿਸ ਵਿੱਚ ਕਿ ਹਰ ਸਾਲ ਵਾਂਗ ਲੋਹੜੀ ਦੇ ਤਿਉਹਾਰ ਮਨਾਉਣ ਅਤੇ ਇਸ ਮੌਕੇ ਕਰਵਾਏ ਜਾਣ ਵਾਲੇ ਪਰਿਵਾਰਕ ਮਿਲਣੀ ਪ੍ਰੋਗਰਾਮ ਦੀ ਰੂਪਰੇਖਾ ਉਲੀਕੀ ਗਈ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਬੁਲਾਰੇ ਪਰਮਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਜੈਤੋ ਇਲਾਕੇ ਦੇ ਕੈਨੇਡੀਅਨਸ ਦੇ ਵੱਲੋਂ ਲੋਹੜੀ ਦਾ ਸਮਾਗਮ 24 ਜਨਵਰੀ 2020 ਨੂੰ ਗ੍ਰੈਂਡ ਤਾਜ ਬੈਂਕੁਏਟ ਹਾਲ ਸਰੀ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੇ ਵਿੱਚ ਪਿਛਲੇ ਸਾਲ ਦੌਰਾਨ ਨਵਜੰਮੇ ਬੱਚਿਆਂ ਨੂੰ ਬਲਜੀਤ ਸਿੰਘ ਚੱਜ ਅਤੇ ਰਜਿੰਦਰ ਕੌਰ ਚੱਜ ਵੱਲੋਂ ਵਿਸ਼ੇਸ਼ ਤੋਹਫੇ ਦਿੱਤੇ ਜਾਣਗੇ। ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ਅਤੇ ਸਾਰਿਆਂ ਦੇ ਮਨੋਰੰਜਨ ਦੇ ਲਈ ਹੋਰ ਕਈ ਵੰਨਗੀਆਂ ਵੀ ਹੋਣਗੀਆਂ। ਮੰਚ ਦਾ ਸਾਲ 2020 ਦਾ ਕੈਲੰਡਰ ਵੀ ਰਿਲੀਜ਼ ਕੀਤਾ ਜਾਵੇਗਾ ਅਤੇ ਉੱਗੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਮੀਟਿੰਗ ਵਿੱਚ ਸ਼ਾਮਲ ਬਲਜੀਤ ਸਿੰਘ ਚੱਜ, ਰਜਿੰਦਰ ਕੌਰ ਚੱਜ, ਗੁਰਪ੍ਰੀਤ ਸਿੰਘ ਜੈਲਦਾਰ, ਦਵਿੰਦਰ ਸਿੰਘ ਬਰਾੜ, ਹਰਦਮ ਸਿੰਘ ਮਾਨ ਨੇ ਸਰੀ, ਐਬਸਫੋਰਡ, ਵੈਨਕੂਵਰ, ਰਿਚਮੰਡ, ਲੈਂਗਲੀ ਮਿਸ਼ਨ ਵਿੱਚ ਰਹਿ ਰਹੇ ਜੈਤੋ ਇਲਾਕੇ ਦੇ ਸਮੂਹ ਪਰਿਵਾਰਾਂ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਪ੍ਰੋਗਰਾਮ ਸੰਬੰਧੀ ਹੋਰ ਜਾਣਕਾਰੀ ਦੇ ਲਈ ਦਿੱਤੇ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਅੱਜ ਦੀ ਨੌਰਥ ਅਮਰੀਕਾ ਨਿਊਜ਼ ਵਿੱਚ ਬਸ ਇੰਨਾ ਹੀ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ।